ਸਾਸ਼ਿਕਾ ਸਾਂਝ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਰੂਪ ਕਰਦੀ ਹਾਂ ਸਵਾਗਤ। ਦੋਸਤੋ, ਹੈਲਥ ਸਾਡੇ ਲਈ ਅੱਜ ਦੇ ਸਮੇਂ ਵਿੱਚ ਬਹੁਤ ਮਾਇਨੇ ਰੱਖਦੀ ਆ। ਹੈਲਥ ਨਾਲ ਰਿਲੇਟਡ ਬਹੁਤ ਸਾਰੀਆਂ ਪ੍ਰੋਬਲਮਸ ਲੋਕੀ ਫੇਸ ਕਰ ਰਹੇ ਹਨ। ਅਗਰ ਗੱਲ ਕਰੀਏ ਕਿ ਹੈਲਥ ਨਾਲ ਰਿਲੇਟਡ ਪ੍ਰੋਬਲਮਸ ਦੀ, ਤਾਂ ਅੱਖਾਂ ਨਾਲ ਰਿਲੇਟਡ ਜਿਹੜੀਆਂ ਪ੍ਰੋਬਲਮਸ ਆ ਜ਼ਿਆਦਾ ਲੋਕੀ ਫੇਸ ਕਰ ਰਹੇ ਹਨ। ਇਸਦਾ ਮੇਨ ਕਾਰਨ ਜਿਹੜਾ ਕੀ ਹੈ, ਉਹ ਹੈ ਅੱਜ ਕੱਲ੍ਹ ਜਿਹੜੇ ਬੱਚੇ ਆ ਜਾਂ ਨੌਜਵਾਨ ਆ, ਉਹ ਮੋਬਾਈਲ ਯੂਜ਼ ਕਰ ਰਹੇ ਨੇ, ਟੀ ਵੀ ਜ਼ਿਆਦਾ ਯੂਜ਼ ਕਰ ਰਹੇ ਹਨ ਜਾਂ ਕੰਪਿਊਟਰ ਜ਼ਿਆਦਾ ਯੂਜ਼ ਕਰ ਰਹੇ ਹਨ, ਜਿਸ ਕਾਰਨ ਉਹਨਾਂ ਨੂੰ ਜਾਂ ਤਾਂ ਚਸ਼ਮਾ ਲੱਗ ਜਾਂਦਾ ਹੈ ਜਾਂ ਫਿਰ ਬਹੁਤ ਸਾਰੀਆਂ ਪ੍ਰੋਬਲਮਸ ਜਿਹੜੀਆਂ ਆ ਉਹ ਫੇਸ ਕਰਨੀਆਂ ਪੈਂਦੀਆਂ ਹਨ। ਅਗਰ ਇਸਦੇ ਆਪਾਂ ਅੱਖਾਂ ਦੇ ਇਲਾਜ ਦੀ ਗੱਲ ਕਰੀਏ, ਤਾਂ ਪੰਜਾਬ ਵਿੱਚ ਬਹੁਤ ਗਿਣੇ ਚੁਣੇ ਹੀ ਹੋਸਪਿਟਲ ਹਨ ਜਿਨ੍ਹਾਂ ਵਿੱਚੋਂ ਡਾਕਟਰ ਰਾਜਨ ਆਈ ਕੇਅਰ ਹੋਸਪਿਟਲ, ਜੋ ਕਿ ਫਗਵਾੜਾ ਵਿਖੇ ਹਰਗੋਬਿੰਦ ਨਗਰ ਵਿੱਚ ਸਥਿਤ ਹੈ, ਉੱਥੇ ਦੇ ਹੋਸਪਿਟਲ ਨੂੰ ਸਿਰਫ ਜ਼ਿਲ੍ਹੇ ਵਿੱਚ NABH ਤੋਂ ਮਾਨਤਾ ਪ੍ਰਾਪਤ ਹੈ। ਇੱਥੇ ਕੀ ਫੈਸਿਲਿਟੀਜ਼ ਨੇ, ਇੱਥੇ ਕੀ ਤੁਹਾਨੂੰ ਫੈਸਿਲਿਟੀਜ਼ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ, ਅਗਰ ਉਹਦੇ ਬਾਰੇ ਗੱਲ ਕਰੀਏ ਤਾਂ ਉਹਦੇ ਲਈ ਸਾਨੂੰ ਜਾਣਾ ਪਏਗਾ ਅੰਦਰ। ਤਾਂ ਸੋ ਆ ਜਾਓ ਆਪਾਂ ਪਹਿਲਾਂ ਅੰਦਰ ਜਾ ਕੇ ਗੱਲ ਕਰਦੇ ਹਾਂ ਕਿ ਇੱਥੇ ਪੇਸ਼ੈਂਟਸ ਨੂੰ ਕੀ ਫੈਸਿਲਿਟੀਜ਼ ਮਿਲਦੀਆਂ ਨੇ। ਆਓ ਫਿਰ ਚੱਲਦੇ ਹਾਂ। ਹੋਸਪਿਟਲ 'ਚ ਐਂਟਰ ਕਰੋਗੇ ਤਾਂ ਤੁਹਾਨੂੰ ਇੱਥੇ ਸਾਹਮਣੇ ਹੀ ਰਿਸੈਪਸ਼ਨ ਏਰੀਆ ਜਿਹੜਾ ਦੇਖਣ ਨੂੰ ਮਿਲੇਗਾ। ਇੱਥੇ ਤੁਸੀਂ ਕਦੇ ਵੀ ਕਾਲ ਕਰ ਸਕਦੇ ਹੋ, ਆਪਣੀ ਕੋਈ ਇਨਫੋਰਮੇਸ਼ਨ ਲੈਣੀ ਅਪੁਆਇੰਟਮੈਂਟ ਨੂੰ ਲੈ ਕੇ, ਜਾਂ ਹੋਸਪਿਟਲ ਦੀ ਟਾਈਮਿੰਗ ਬਾਰੇ ਕੋਈ ਗੱਲ ਕਰਨੀ ਹੈ, ਜਾਂ ਕੋਈ ਵੀ ਪ੍ਰੋਬਲਮ ਰਿਲੇਟਡ ਕੋਈ ਗੱਲ ਕਰਨੀ ਹੈ, ਤਾਂ ਤੁਸੀਂ ਇੱਥੇ ਜਦੋਂ ਮਰਜ਼ੀ ਕਾਲ ਕਰ ਸਕਦੇ ਹੋ। ਇੱਥੇ ਤਾਂ ਜਿਹੜਾ ਰਿਸੈਪਸ਼ਨਿਸਟ ਨੇ ਨਾ, ਬਹੁਤ ਹੀ ਕੋਆਪਰੇਟਿਵ ਅਤੇ ਮਿਲਣਸਾਰ ਨੇ। ਜੀ, ਹੁਣ ਮੈਂ ਪਹੁੰਚ ਗਈ ਹਾਂ ਡਾਕਟਰ ਰਾਜਨ ਆਈ ਕੇਅਰ ਹੋਸਪਿਟਲ ਦੇ ਆਪਟੀਕਲ ਡਿਪਾਰਟਮੈਂਟ ਵਿੱਚ। ਅਗਰ ਆਪਾਂ ਇੱਥੇ ਦੀ ਗੱਲ ਕਰੀਏ, ਤਾਂ ਜਦੋਂ ਵੀ ਪੇਸ਼ੈਂਟਸ ਆਉਂਦੇ ਆ ਤਾਂ ਡਾਕਟਰ ਉਹਨਾਂ ਚੈੱਕ ਕਰਦੇ ਆ, ਤਾਂ ਉਹਨਾਂ ਨੂੰ ਕੁਝ ਸਪੈਸ਼ਲ ਜਿਹੜੇ ਨੰਬਰ ਹੁੰਦੇ ਆ, ਉਹਨਾਂ ਦੀਆਂ ਸਪੈਕਸ ਜਿਹੜੀਆਂ ਆ ਉਹ ਸੁਜੈਸਟ ਕੀਤੀਆਂ ਜਾਂਦੀਆਂ ਆ, ਤਾਂ ਉਹਦੇ ਲਈ ਤੁਹਾਨੂੰ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਹੈ। ਤੁਹਾਨੂੰ ਇੱਥੇ ਹੀ ਸਾਰੇ ਜਿਹੜੀਆਂ ਸਪੈਕਸ ਆ ਅਵੇਲੇਬਲ ਨੇ, ਇੱਥੇ ਹੀ ਪ੍ਰੋਵਾਈਡ ਹੋ ਜਾਣਗੀਆਂ। ਗੱਲ ਕਰਦੇ ਹਾਂ ਡਾਕਟਰ ਐਸ ਰਾਜਨ ਜੀ ਨਾਲ। ਸਰ, ਪਹਿਲਾਂ ਤਾਂ ਮੈਂ ਤੁਹਾਨੂੰ ਪੁੱਛਣਾ ਚਾਹਾਂਗੀ, ਜਿੱਦਾਂ ਕਿ ਅੱਜ ਕੱਲ੍ਹ ਜਿਹੜਾ ਕਾਲਾ ਮੋਤੀਆ ਆ, ਇਹ ਇੱਕ ਭਿਆਨਕ ਰੂਪ ਜਿਹੜਾ ਆ ਬਿਮਾਰੀ ਦਾ ਲੈ ਚੁੱਕਾ ਆ, ਕਿ ਇਹਦਾ ਇਲਾਜ ਜਿਹੜਾ ਆ ਕਿਵੇਂ ਕੀਤਾ ਜਾਂਦਾ ਆ, ਅਤੇ ਮਤਲਬ ਇਹਦਾ ਇਲਾਜ ਹੈ ਜਾਂ ਨਹੀਂ ਹੈ, ਕੀ ਦੱਸਣਾ ਕੀ ਕਹਿਣਾ ਚਾਹੋਗੇ ਇਸ ਬਾਰੇ? ਹਾਂ, ਤੁਸੀਂ ਬਹੁਤ ਅੱਛਾ ਕੁਐਸਚਨ ਪੁੱਛਿਆ। ਜਿਹੜਾ ਕਾਲਾ ਮੋਤੀਆ ਹੈ, ਇਹ ਜੇ ਸਾਡੇ ਕੋਲ ਇਨੀਸ਼ੀਅਲ ਸਟੇਜਸ 'ਤੇ ਆ ਜਾਂਦਾ ਹੈ, ਕਿਉਂਕਿ ਕਾਲਾ ਮੋਤੀ ਇੱਕ ਇੱਦਾਂ ਦੀ ਬਿਮਾਰੀ ਹੈ ਜਿਹਦੇ ਨਾਲ ਜਿਹੜੀ ਸਾਡੀ ਰੋਸ਼ਨੀ ਹੈ ਉਹ ਸਾਈਡਾਂ ਤੋਂ ਜਾਣੀ ਸ਼ੁਰੂ ਕਰਦੀ, ਜਿੱਦਾਂ ਸਾਈਡਾਂ ਤੋਂ ਕੀ ਹੋ ਰਿਹਾ ਸਾਨੂੰ ਹੌਲੀ ਹੌਲੀ ਨਹੀਂ ਪਤਾ ਲੱਗਦਾ, ਬਟ ਜਦੋਂ ਮਰੀਜ਼ ਨੂੰ ਪਤਾ ਲੱਗਦਾ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਆ। ਹਾਂ, ਜੇ ਮਰੀਜ਼ ਨੂੰ ਜਲਦੀ ਪਤਾ ਲੱਗ ਜਾਵੇ, ਇਨੀਸ਼ਲੀ ਸਟੇਜਸ 'ਤੇ ਆ ਜਾਵੇ, ਤਾਂ ਬਿਲਕੁਲ ਕੋਈ ਪ੍ਰੋਬਲਮ ਨਹੀਂ ਆਉਂਦੀ ਪੇਸ਼ੈਂਟਸ ਨੂੰ, ਈਵਨ ਕੋਈ ਓਪਰੇਸ਼ਨ ਦੀ ਲੋੜ ਵੀ ਨਹੀਂ ਪੈਂਦੀ, ਔਰ ਸਿਰਫ ਦਵਾਈਆਂ ਦੇ ਨਾਲ ਹੀ ਇਹਦਾ ਇਲਾਜ ਜਿਹੜਾ ਹੈ ਕੀਤਾ ਜਾ ਸਕਦਾ। ਕਾਲਾ ਮੋਤੀਆਂ ਨੂੰ ਅਸੀਂ ਖਤਰਨਾਕ ਵੀ ਇਸ ਕਰਕੇ ਹੀ ਮੰਨਦੇ ਹਾਂ, ਕਿਉਂਕਿ ਕਾਲਾ ਮੋਤੀਆਂ ਨਾਲ ਜਿਹੜੀ ਇੱਕੋ ਰੋਸ਼ਨੀ ਚੱਲ ਜਾਂਦੀ ਉਹ ਦੁਬਾਰਾ ਵਾਪਸ ਨਹੀਂ ਆਉਂਦੀ, ਇਸ ਕਰਕੇ ਕਾਲਾ ਮੋਤੀਆਂ ਨੂੰ। ਬਟ ਜੇ ਮਰੀਜ਼ ਜਿਹੜਾ ਹੈ ਸਹੀ ਟਾਈਮ 'ਤੇ ਆ ਜਾਵੇ, ਤਾਂ ਇਹਦਾ ਹਾਂ ਬਿਲਕੁਲ ਇਲਾਜ ਸੰਭਵ ਹੈ, ਔਰ ਬਿਨਾਂ ਕਿਸੇ ਕੋਈ ਕੰਪਲੀਕੇਸ਼ਨਸ ਤੋਂ ਪੇਸ਼ੈਂਟ ਦੀ ਨਜ਼ਰ ਸਾਰੀ ਲਾਈਫ ਦੇ ਲਈ ਅੱਛੀ ਰਹਿ ਸਕਦੀ ਹੈ। ਜਿਵੇਂ ਕਿ ਇੱਥੇ ਮੈਂ ਦੇਖ ਰਹੀ ਹਾਂ ਕਿ ਕਾਫੀ ਮਸ਼ੀਨਾਂ ਆ ਪਈਆਂ ਹੋਈਆਂ, ਅਤੇ ਨਾਲੇ ਕਾਫੀ ਹਾਈ ਟੈਕਨਿਕਸ ਦੀਆਂ ਜਿਹੜੀਆਂ ਮਸ਼ੀਨਸ ਲੱਗ ਰਹੀਆਂ ਆ, ਤਾਂ ਮੈਨੂੰ ਕੀ ਤੁਸੀਂ ਥੋੜ੍ਹਾ ਜਿਹਾ ਇਹਨਾਂ ਬਾਰੇ ਦੱਸੋਗੇ ਕਿ ਮਸ਼ੀਨਸ ਦੇ ਕੀ ਵਰਕ ਨੇ? ਹਾਂ, ਜਿਸ ਤਰ੍ਹਾਂ ਤੁਸੀਂ ਆਹ ਮਸ਼ੀਨ ਦੇਖ ਰਹੇ ਹੋ, ਇਹਨੂੰ ਅਸੀਂ OPD ਸਕੈਨ ਕਹਿੰਦੇ ਹਾਂ। ਇਹਦੇ ਨਾਲ ਕੀ ਹੁੰਦਾ ਕਿ ਜੋ ਸਾਡੀ ਅੱਖਾਂ ਦੀ ਪੁਤਲੀ ਹੈ, ਕੋਰਨੀਆ ਜਿਹਨੂੰ ਕਹਿੰਦੇ ਹਨ, ਉਹਦੀ ਪੂਰੀ ਸਕੈਨ ਹੋ ਜਾਂਦੀ ਹੈ, ਔਰ ਇਹ ਜ਼ਿਆਦਾ ਅਸੀਂ ਯੂਜ਼ ਕਰਦੇ ਹਾਂ ਜਦੋਂ ਕਿਸੇ ਦੇ ਜਿੱਦਾਂ ਲੇਸਿਕ ਲੇਜ਼ਰ ਕਰਨੀ ਹੈ, ਜਿਹਨੂੰ ਅਸੀਂ ਕਹਿ ਦਿੰਦੇ ਹਾਂ ਕਿ ਚਸ਼ਮਾ ਉਤਾਰਨ ਵਾਲਾ ਓਪਰੇਸ਼ਨ ਕਰਨਾ ਹੈ, ਉਹਦੇ ਵਿੱਚ ਕੋਰਨੀਆ ਦੀ ਸਟੱਡੀ ਬਹੁਤ ਜ਼ਰੂਰੀ ਹੁੰਦੀ ਹੈ। ਇਹ OPD ਸਕੈਨ ਅਸੀਂ ਉਹਦੇ ਵਿੱਚ ਯੂਜ਼ ਕਰਦੇ ਹਾਂ, ਇਹਦੇ ਨਾਲ ਕੋਰਨੀਆ ਸਟੱਡੀ ਕਰਦੇ ਹਾਂ ਕਿ ਕੋਰਨੀਆ ਹੈਲਦੀ ਹੈ ਕਿ ਨਹੀਂ ਅੱਖਾਂ ਦੇ ਓਪਰੇਸ਼ਨ ਤੋਂ ਪਹਿਲਾਂ। ਇਹ ਬਹੁਤ ਜ਼ਰੂਰੀ ਹੁੰਦਾ ਦੇਖਣਾ ਕਿ ਉਹਦਾ ਜਿਹੜੀ ਅੱਖਾਂ ਦੀ ਪੁਤਲੀ ਹੈ ਉਹਦਾ ਉਸਦੀਆਂ ਜੋ ਪੈਰਾਮੀਟਰ ਸਾਨੂੰ ਕੀ ਹਨ, ਤਾਂ ਕਿ ਅਸੀਂ ਜੋ ਮਰੀਜ਼ ਹੈ ਓਪਰੇਸ਼ਨ ਤੋਂ ਬਾਅਦ ਉਹਨੂੰ ਇੱਕ ਬੈਟਰ ਵਿਜ਼ਨ ਦੇ ਸਕੀਏ, ਅੱਛੀ ਵਿਜ਼ਨ ਦੇ ਸਕੀਏ, ਔਰ ਜੋ ਸਾਰੀ ਉਮਰ ਉਹਨੂੰ ਕੋਈ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਆਵੇ।
ਦੁਨੀਆ ਜਿਹੜੀ ਆ ਨਾ ਕਹਿੰਦੇ ਬਹੁਤ ਸੋਹਣੀ ਆ, ਪਰ ਸੋਹਣੀ ਦੁਨੀਆ ਨੂੰ ਦੇਖਣ ਲਈ ਨਜ਼ਰ ਦਾ ਠੀਕ ਹੋਣਾ ਬਹੁਤ ਜ਼ਰੂਰੀ ਹੈ। ਸੋ ਅਗਰ ਤੁਸੀਂ ਕੋਈ ਵੀ ਆਪਣੀ ਅੱਖਾਂ ਨਾਲ ਰਿਲੇਟਡ ਕੋਈ ਵੀ ਪ੍ਰੋਬਲਮ ਜਿਹੜੀ ਆ ਫੇਸ ਕਰ ਰਹੇ ਹੋ ਤਾਂ ਲਾਪਰਵਾਹੀ ਨਾ ਦਿਖਾਉਂਦੇ ਹੋਏ ਡਾਕਟਰ ਰਾਜਨ ਆਈ ਕੇਅਰ ਹੋਸਪਿਟਲ ਹਰਗੋਬਿੰਦ ਨਗਰ ਨੀਅਰ SBI ਬੈਂਕ ਫਗਵਾੜਾ ਜ਼ਰੂਰ ਪੁੱਜੋ। ਮੈਂ ਦੁਬਾਰਾ ਇਸੇ ਤਰ੍ਹਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦੇ ਹੀ ਰਹਾਂਗੀ। ਉਦੋਂ ਤੱਕ ਲਈ ਮੈਨੂੰ ਰੂਪ ਨੂੰ ਦਿਓ ਇਜਾਜ਼ਤ। ਧੰਨਵਾਦ।